भारी उत्साह जी। अज वोटां दा देना, लोगों ने नवी सरकार बनाउणी है ते पूर्ण विश्वास आ लोगों ते कि वह वधिया जिहड़े लीडर्स नूं चुनणगे जी, ते पंजाब दी जिहड़ी वागडोर आ चंगे बंदियां दे हाथ आऊगी जी। हल्के विच विचर रहे हो, किवें दा माहौल आ, शांतमई तरीके नाल कोई धक्का कोई जबरदस्ती कोई किसी नहीं? नहीं, मेरे हल्के च इत्थे कोई इही जी चीज़ नहीं हैगी जी। कुछ क बंदे सीगे जिहड़े इन्हां ने बाहरों बुलाए हुए, जिवें हुंदा ही है जी हरेक नूं, ते ओ अगले दा, पर मेरा तां आपदा ही परिवार उरे हैगा जी वाधू। सो इही जी अणसुखावीं घटना तों अज तक बहुत वधिया इलैक्शन रही आ, ते अगे भी यही रहूगी। शाम तक बहुत शांतमई माहौल नाल ही जिहड़ी इलैक्शन जिहड़ी चलूगी जी। लगदा फतवा देणगे लोग? हाँ बिल्कुल देणगे जी, कम करे ने, मेहनत करी आ, ते आपदे बेटे नूं आपदे भरा नूं इत्थे खेडिया जी, इत्थे जम्मिया, इत्थे पढ़िया, आ मैं इत्थे वोट पाउण जाणा जी। मेरे आपोजिट बेचारे आपदे आपदे घरे वोट पा के आउणगे जी। ਕੀ ਲੱਗਦਾ ਫਰਕ ਹੈ ਮੋਹਾਲੀ ਵੋਟ ਪਾਈ ਆ ਤੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਵੋਟ ਪਾ ਰਹੇ ਹੋ, ਕੀ ਕਹੋਗੇ ਲੋਕਾਂ ਨੂੰ? ਕੁਛ ਨਹੀਂ ਜੀ, ਦੇਖੋ ਇਲੈਕਸ਼ਨ ਦਾ ਦੇਣਾ ਭਾਜੀ, ਹਰੇਕ ਬੰਦਾ ਆਪਦੇ ਲਈ ਜ਼ੋਰ ਲਾਉਂਦਾ, ਹਰੇਕ ਬੰਦਾ ਆਪਦੇ ਇਲੈਕਸ਼ਨ ਲਈ ਲੜਦਾ। ਮੈਂ ਕਿਸੇ 'ਚ ਕਮੀਆਂ ਕੱਢ ਕੇ ਇਲੈਕਸ਼ਨ ਨਹੀਂ ਲੜੀ, ਮੈਂ ਆਪਦੇ ਕਰੇ ਹੋਏ ਕੰਮ ਦੱਸ ਕੇ ਇਲੈਕਸ਼ਨ ਲੜੀ ਆ। ਮੈਂ ਕਿਸੇ ਦੀ ਨੈਗੇਟਿਵਿਟੀ ਨਹੀਂ ਕਰੀ, ਮੈਂ ਤਾਂ ਆਪਦੀ ਪੋਜ਼ਿਟਿਵਿਟੀ ਦੱਸੀ ਆ ਅਤੇ ਅਗਲਾ ਵਿਜ਼ਨ ਦੱਸਿਆ, ਅਤੇ ਮੈਨੂੰ ਲੱਗਦਾ ਇਲੈਕਸ਼ਨ ਹੋਣੀ ਵੀ ਇਸ ਚੀਜ਼ 'ਤੇ ਚਾਹੀਦੀ ਆ। ਸੋ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲੋਕਾਂ ਦਾ ਰੁਝਾਨ ਹੈ ਜੀ, 10 ਤਰੀਕ ਤੋਂ ਬਾਅਦ ਵੀ ਨੰਗੇ ਪੈਰੀ ਫਿਰੂੰਗਾ, ਠੀਕ ਹੈ ਨਾ। ਇਹ ਵਿਰੋਧੀਆਂ ਦਾ ਕੰਮ ਹੀ ਇਹ ਹੁੰਦਾ ਵੀ ਉਹਨਾਂ ਨੇ ਨੈਗੇਟਿਵ ਪੋਲੀਟਿਕਸ ਕਰਨੀ ਆ ਅਤੇ ਅਸੀਂ ਪੋਜ਼ਿਟਿਵ ਪੋਲੀਟਿਕਸ ਕਰਨੀ ਆ। ਅਸੀਂ ਕੀਤੇ ਹੋਏ ਕੰਮਾਂ 'ਤੇ ਇਲੈਕਸ਼ਨ ਲੜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਿਜ਼ਨ ਆ ਉਹਦੇ 'ਤੇ ਇਲੈਕਸ਼ਨ ਲੜਨੀ ਆ, ਅਤੇ ਸਾਰੀ ਉਸੇ ਸਿਰ 'ਤੇ ਵੋਟ ਮੰਗੀ ਆ ਜੀ। ਬਾਕੀ ਸਾਰੇ ਵੋਟ ਜ਼ਰੂਰ ਪਾਇਓ, ਆਪਦੀ ਵੋਟ ਦਾ ਜਿਹੜਾ ਇਸਤੇਮਾਲ ਜ਼ਰੂਰ ਕਰਿਓ, ਕਿਉਂਕਿ ਮਤਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਸਾਰਿਆਂ ਦਾ ਧੰਨਵਾਦ ਕਿ ਸਾਰਿਆਂ ਨੇ ਇੰਨਾ ਪਿਆਰ ਅਤੇ ਜਿਹੜਾ ਤੁਹਾਡਾ ਵੀ ਸਾਰਿਆਂ ਦਾ ਇੰਨਾ ਸਾਥ ਰਿਹਾ, ਸਾਰਾ ਮੀਡੀਆ ਵਿਚਾਰਾ ਧੂਰੀ ਰਿਹਾ, ਸਾਰੇ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ ਜੀ। ਆਪਾਂ ਨੂੰ ਜਿਹੜੀ ਬਹੁਤ ਵਧੀਆ ਸਾਰੇ ਲੀਡਰ ਚੰਗੇ ਚੁਣੇ ਜਾਣ ਜੀ, ਹਰੇਕ ਜਿਹੜਾ ਹਲਕਾ ਉਹ ਵਧੀਆ ਤਰੀਕੇ ਨਾਲ ਆਪਦਾ ਲੀਡਰ ਚੁਣੇ, ਤਾਂ ਕਿ ਡਿਵੈਲਪਮੈਂਟ ਦੇ ਪੱਖ 'ਤੇ ਜਿਹੜਾ ਆਪਦੀ ਵੋਟ ਕਰਨ ਉਹ। ਹਾਂਜੀ, ਖੀਪਲ ਸਾਹਿਬ ਗੁਰੂ ਮਹਾਰਾਜ ਦਾ ਅਪਾਰ ਕਿਰਪਾ ਜੀ, ਉਸ ਤੋਂ ਵੀ ਵੱਧ ਜਿਹੜੀ ਮੈਨੂੰ ਲੋਕ ਨੇ ਜਿਹੜੇ ਫਤਵਾ ਦੇਣਗੇ ਜੀ, ਉਮੀਦ ਆ ਜੀ ਇਸ ਚੀਜ਼ ਦੀ, ਅਤੇ ਗੁਰੂ ਮਹਾਰਾਜ ਦਾ ਓਟਾ ਆਸਰਾ, ਅਤੇ ਬਿਲਕੁਲ ਪੂਰਾ ਵਿਸ਼ਵਾਸ ਹੈ ਜੀ। ਇੱਕੋ ਪਹਿਲਾਂ ਤਾਂ ਮਹਾਰਾਜ ਨੇ ਆਸ਼ੀਰਵਾਦ ਦੇਣਾ ਸੀ, ਉਹ ਦੇ ਚੁੱਕੇ ਨੇ, ਲੋਕ ਸਾਡੇ ਨਾਲ ਨੇ। ਪਿਛਲੀ ਵਾਰ ਨਾਲੋਂ ਵੀ ਜ਼ਿਆਦਾ, ਰਿਕਾਰਡ ਕਰ ਲਿਓ ਵੀਰੇ, ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਡਬਲ ਮਾਰਜਨ 'ਤੇ ਦਿੱਤਾਂਗੇ, 210%। ਵਿਰੋਧੀ ਕਹਿ ਰਹੇ ਸੀ ਨੰਗੇ ਪੈਰ ਚੱਲਦੇ ਆ, ਸਾਡੀ ਸੰਗਤ ਹੈ ਨੰਗੇ ਪੈਰ, ਜਦ ਜਦ ਹੁਕਮ ਹੋਊਗਾ ਧੰਨਵਾਦ ਵੀ ਨੰਗੇ ਪੈਰ ਕਰਨ ਜਾਵਾਂਗੇ।